किताब का नाँ ऋषि युगवी घोषणा लेखक पंडित श्री राम शर्मा आचार्य जी सं, संगीत केवल उदों ही चंगा हों है जदों यह उच्च उद्देशा वर्त्या जाता है पंडित श्री राम शर्मा आचार्य जी रॉबर्ट फरोस ने कहा कविता उदों हूँ है जदों भावना ने इसू सोच हों विचार ने शब्द लव लिया है कि तहु कोई गाना ज कोई कविता याद है ਜਿਸ ਨੇ ਤੁਹਾਨੂੰ ਬਹੁਤ ਮੁਸ਼ਕਲ ਸਮਿਆਂ ਵਿੱਚ ਸਹਾਇਤਾ ਕੀਤੀ ਕੁਝ ਕਵਿਤਾਵਾਂ ਹਨ ਜੋ ਤੁਹਾਨੂੰ ਸਮਾਂ ਦੇਣ ਦੀ ਕੋਸ਼ਿਸ਼ ਵਿੱਚ ਮਾਨਸਿਕ ਅਤੇ ਭਾਵਨਾਤਮਕ ਤਾਕਤ ਦਿੰਦੀਆਂ ਹਨ ਉਦਬੋਧਨ ਅਜੀਹਾ ਕਵਿਤਾ ਦਾ ਇੱਕ ਸੁੰਦਰ ਸੰਗ੍ਰਹਿ ਹੈ ਜੋ ਤੁਹਾਡੀ ਮਾਨਸਿਕ ਤਾਕਤ ਨੂੰ ਵਧਾ ਸਕਦਾ ਹੈ ਅਤੇ ਕਿਸੇ ਵੀ ਸਤਤੀ ਨਾਲ ਲੜਨ ਲਈ ਤੁਹਾਨੂੰ ਉਮੀਦ ਅਤੇ ਉਤਸ਼ਾਹ ਲਾਭ ਭਰ ਸਕਦਾ ਹੈ किताब विच अध्याय एक नवी शुरुआत ले प्रेरित सुंदर कविता उठो बसोरी मैं नवी शान फूको कविता इस जारी रखने दी है रोको नहीं पतवार मांझियो मातृभूमि कविता लिया वाली तब्दीली चल दीवाने कविता सखत चुनौती ले, 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 ले प्रेरित कर दी है मरण तो ना डरो कविता द्वारा स्थापित वाली ਤਤਵ ਮਨੁੱਖ ਆਪਣੀ ਕਿਸਮਤ ਦਾ ਸਿਰਜਨਹਾਰ ਹੈ ਆਪਣੀ ਕਿਸਮਤ ਬਦਲੋ ਹਨੇਰੇ ਕਮਰੇ ਵਿੱਚ ਰੋਸ਼ਨੀ ਦੀ ਉਮੀਦ ਜਗਾਉਣ ਲਈ ਪ੍ਰੇਰਿਤ ਕਰਨ ਕਵਿਤਾ ਜੀਵਨ ਕੇ ਬੁਝੇ ਤੋਂ ਦੀਪੋ ਵਿੱਚ ਕਵਿਤਾ ਜ਼ਿੰਦਗੀ ਦੇ ਇਸ ਤੋਹਫੇ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਦੀ ਹੈ ਯੁੱਗ ਤੱਕ ਜਗ ਯਾਦ ਕਰੇ ਲੇਖਕ ਬਾਰੇ ਪੰਡਿਤ ਸ਼੍ਰੀ ਰਾਮ ਸ਼ਰਮਾ ਆਚਾਰੀ ਜੀ ਦੁਆਰਾ ਲਿਖਿਆ ਜੋ ਇੱਕ ਭਾਰਤੀ ਸੁਤੰਤਰਤਾ ਸੰਗਰਾਮੀ ਸਮਾਜ ਸੁਧਾਰਕ ਗਾਇਤਰੀ 사ਧਕ ਅਤੇ ਅਧਿਆਤਮਿਕਤਾ ਦੇ ਪਿੱਛੇ ਵਿਗਿਆਨ ਦੀ ਪਾਲਕ ਕਰਨ ਵਾਲਾ ਸੀ ਉਹਨਾਂ ਨੇ 3200 ਤੋਂ ਵੱਧ ਕਿਤਾਬਾਂ ਲਿਖੀਆਂ ਸਨ ਲੇਖਕ ਦੁਆਰਾ 12 ਸ਼੍ਰੇਣੀਆਂ ਵਿੱਚ 3200 ਕਿਤਾਬਾਂ ਆਨਲਾਈਨ ਪੜੋ http://literature.awgp.org/ ਜਿਹੜੀਆਂ ਇਸ ਪ੍ਰਕਾਰ ਹਨ ਦਰਸ਼ਨ ਭਾਰਤੀ ਵਿਰਾਸਤ विज्ञान सेहत अते तंदुरुस्ती प्राचीन भारतीय टैक्सट एक सदी सदी क्रांति की सोच योग अभ्यास परिवारक संबंध जीवन प्रबंधन सामाजिक सुधार स्वयं सहायता किशोर विद्यार्थी बच्चे